ਪਟਿਆਲਾ ਦੇ ਹਲਕੇ ਸਤਰੋੜ ਦੇ ਪਿੰਡ ਧੁੱਦਨਸਾਲਾ ਵਿੱਚ ਡਾਇਬਟਿਕ ਰੇਟਨੋਪੈਥੀ ਸਕਰੀਨਿੰਗ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਰਾਜਪੱਧਰੀ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿੱਚ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਨਾਲ ਨਾਲ ਪੰਜਾਬ ਸਵਾਸਥ ਮੰਤਰੀ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪੁੱਜੇ। ਅਸੀਂ ਉਹਦਾ ਤੁਸੀਂ ਜਿਹੜਾ ਜਲੰਧਰ ਵਾਲਾ ਮਾਮਲਾ ਹੈ, ਉਹਦੀ ਮੈਂ ਇਨਕੁਆਇਰੀ ਮਾਰਕ ਕਰਤੀ ਹੈ। ਜਿਹੜਾ ਬੰਦਾ ਕੋਈ ਕਟਾਹੀ ਕਰੂਗਾ ਬਖਸ਼ਿਆ ਨਹੀਂ ਜਾਊਗਾ। ਮੈਂ ਤੁਹਾਨੂੰ ਸਪਸ਼ਟ ਕਹਿਣਾ, ਲੁਧਿਆਣੇ ਕਨੇ ਕੀਤੀ ਸੀ, ਉਹਨੂੰ ਸਸਪੈਂਡ ਕੀਤਾ ਮੈਂ, ਉਹਦੇ ਬਕਾਇਦਾ ਇੰਕਰੀਮੈਂਟਾਂ ਰੁਕੀਆਂ ਨੇ, ਅਤੇ ਪਲੱਸ ਉਹਨੂੰ ਪੂਰਾ ਪਾਠ ਪੜ੍ਹਾਇਆ ਗਿਆ। ਜਲੰਧਰ ਵਾਲੇ ਨੂੰ ਪਾਠ ਸ਼ਾਮ ਤੱਕ ਪੜ੍ਹਾ ਦਿਆਂਗਾ। ਅਤੇ ਦੂਜੀ ਗੱਲ ਜਿਹੜੀ ਹੈਗੀ ਆ, ਤੁਸੀਂ ਲੈਣਾ ਦੀ ਗੱਲ ਕਰਦੇ ਹੋ, ਅਸੀਂ ਜਿਹੜਾ ਇੱਕ ਨਵਾਂ ਸਿਸਟਮ ਕਰਨ ਲੱਗ ਰਹੇ ਹਾਂ, ਜਿਹੜੀਆਂ ਸਾਡੀਆਂ ਲੋਬੀਆਂ ਹੈਗੀਆਂ ਨੇ ਹੋਸਪਿਟਲ ਦੀਆਂ, ਬਾਲਕੋਨ ਵਗੈਰਾ, ਉੱਥੇ ਚੇਅਰ ਲਵਾ ਦਿਆਂਗੇ। ਚੇਅਰ ਲਵਾ ਕੇ ਬਕਾਇਦਾ ਜਦੋਂ ਅਸੀਂ ਇਹਨੂੰ ਔਨਲਾਈਨ ਕਰ ਲਾਂਗੇ ਤਾਂ ਉਹਨੂੰ ਟੋਕਨ ਜਾਰੀ ਹੋ ਜਾਣਾ, ਜਦੋਂ ਉਹਦਾ ਨੰਬਰ ਆਏਗਾ ਤਾਂ ਆਪਣੇ ਆਪ ਉਹਨੂੰ ਐਡਮਿਟ ਬੁਲਾ ਲੈਣਾ। ਡੈਮੋਕ੍ਰੇਸੀ ਹੈਗੀ ਆ, ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਉਹ ਹੈਗਾ, ਜੋ ਕੋਈ ਕਿਸ ਤਰੀਕੇ ਨਾਲ ਕਹਿੰਦਾ ਕਿਸ ਤਰੀਕੇ ਨਾਲ ਕਹਿੰਦਾ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਲੇਕਿਨ ਹੋ ਸਕਦਾ ਉਹਨੂੰ ਕੋਈ ਪਰਸਨਲ ਪ੍ਰੋਬਲਮ ਹੋਵੇ, ਲੇਕਿਨ ਮੈਂ ਨਹੀਂ ਕਹਿੰਦਾ ਵੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ, ਬੜੀ ਅੱਛੀ ਚੱਲ ਰਹੀ। ਦੇਖੋ, ਨਸ਼ਾ ਹੁਣ ਕੋੜ ਕਾਲੀਆਂ ਦਾ ਸਾਡੇ ਗੱਲ ਪਿਆ ਹੋਇਆ। ਅਸੀਂ ਹੁਣ ਦੇਖੋ, ਹੁਣ ਤੱਕ 4 ਲੱਖ ਜਿਹੜੇ ਬੰਦੇ ਸਾਡੇ ਔਨਲਾਈਨ ਰਜਿਸਟਰਡ ਨੇ, ਸਾਡੇ 3 ਲੱਖ ਕੁਛ ਹਜ਼ਾਰ ਨੇ। ਵੈਸੇ ਜਿਵੇਂ ਹੋਰ ਵੀ ਜਿਹੜਾ ਅਸੀਂ ਇੰਨੀ ਟੈਡ ਕਰਦਾ ਸਿਸਟਮ, ਪੁਲਿਸ ਪ੍ਰਵੈਂਟਿਵ ਇੰਨਾ ਹੈ ਕਿ ਵੀ ਪੁਲਿਸ ਹੁਣ ਸਖਤੀ ਕਰਦੀ ਆ ਅਤੇ ਉਦੋਂ ਸਪਲਾਈ ਲਾਈਨ ਟੁੱਟਦੀ ਆ, ਅਤੇ ਸਾਡੇ ਬਾਲਕ ਇਲਾਜ ਵਾਸਤੇ ਬੱਚੇ ਆ ਰਹੇ ਨੇ, ਔਰ ਅਸੀਂ ਉਹਨਾਂ ਸਾਰਾ ਫ੍ਰੀ ਇਲਾਜ ਕਰ ਰਹੇ ਹਾਂ। ਨਹੀਂ, ਉਹ ਜਿਹੜੇ MOU ਸਾਈਨ ਹੋਏ ਨੇ ਉਹਨਾਂ ਰਿਵਿਊ ਕਰਨ ਵਾਸਤੇ ਕਿਹਾ, ਅਤੇ ਬੜੀ ਅੱਛੀ ਗੱਲ ਆ, ਉਹਦਾ ਬੜਾ ਅੱਛਾ ਮੈਸੇਜ ਅੱਜ ਪੰਜਾਬ 'ਚੋਂ ਗਿਆ ਹੈ ਕਿ ਉਹ ਥਰਮਲਾਂ ਨਾਲ ਜਿਹੜੇ ਸੁਖਬੀਰ ਬਾਦਲ ਵਰਗੇ ਨੇ ਪਾਰਟਨਰਸ਼ਿਪ ਕਰ ਕਰਕੇ ਸਮਝੌਤੇ ਕੀਤੇ ਸੀਗੇ, ਉਹਨੂੰ ਪੰਜਾਬ ਦੇ ਖਜ਼ਾਨੇ ਲੁਟਾਇਆ ਸੀ, ਉਹ ਚਾਹੇ ਥਰਮਲ ਹੋਣ ਚਾਹੇ ਰਿਫਾਇਨਰੀ ਹੋਵੇ। CM ਸਾਹਿਬ ਸਾਡੇ ਉਦੋਂ ਵੀ ਅਪੋਜ ਕਰਦੇ ਰਹੇ ਨੇ ਕਿ ਇਹ ਸਾਡੇ ਉੱਤੇ ਬੋਝ ਆ, ਅਜੇ 1500 ਕਰੋੜ ਰੁਪਏ ਤੱਕ ਕੱਲਾ ਸੀ ਰਿਫਾਇਨਰੀ ਦਾ ਜਿਹੜਾ GST ਵਗੈਰਾ ਸਾਨੂੰ ਚਿੱਠੀ ਪਈ ਆ, ਅਤੇ ਸਾਨੂੰ ਉਹਦਾ ਫਾਇਦਾ 1% ਵੀ ਨਹੀਂ, ਉਲਟਾ ਸਾਡਾ ਉਹ ਇਲਾਕਾ ਸਾਰਾ ਪੋਲਿਊਟਡ ਹੋ ਗਿਆ, ਸਾਡੀ ਫਰਟਾਈਲ ਜ਼ਮੀਨ ਸੀ ਜਿਹੜੀ, ਸਾਡੇ ਕਿਸਾਨ ਵਿਚਾਰੇ ਘਰੋਂ ਬੇਘਰ ਹੋ ਗਏ। ਜਿਹੜੇ ਇਸ ਤਰ੍ਹਾਂ ਜਿਹੜਾ ਇਹ ਸਾਰੇ MOU ਬੜੇ ਗਲਤ ਹੋਏ ਨੇ, ਉਸ ਵੇਲੇ ਉਹਨਾਂ ਨੂੰ ਰਿਵਿਊ ਕਰਨਾ ਜ਼ਰੂਰੀ ਵੀ। ਪਟਿਆਲਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ ਦਾ TV NRI।